ਅਹਿਮਦ ਦੀ ਮੈਂ ਅਵਾਨ ਨੂੰ ਬੋਲਾ ਨਾ ਕਿ ਉਹ ਸਾਈ ਦਾ ਜ਼ਿਕਰ ਹੋਇਆ ਹਿੰਦਕੋ ਅਰਬੀ ਦਾ ਵੀ ਜ਼ਿਕਰ ਹੋਇਆ ਉਹ ਤੁਹਾਡੇ ਸਾਹਮਣੇ ਮਤਰਨਮ ਦੇ ਵਿੱਚ ਅਹਿਮਦ ਅਲੀ ਸਾਈ ਦਾ ਕਲਾਮ ਅਹਿਮਦ ਦੀ ਮਵਾਨ ਪੇਸ਼ ਕਰ ਅਸੀਂ ਵੀ ਰੈਡੀ ਹੁੰਦੇ ਹਾਂ ਹਰ ਚੀਜ਼ ਵਾਸਤੇ ਇਹ ਕਿਸੇ ਕੋਲ ਵੀ ਸਾਡੇ ਗੰਦਾਰਾ ਬੋਰਡ ਦੇ ਕਿਸੇ ਮੈਂਬਰ ਨੂੰ ਵੀ ਇੱਕ ਟਾਈਮ ਵਿੱਚ ਅਜ਼ਾਨ ਵੀ ਦਵਾ ਦਿੰਦੇ ਨੇ ਗਾਣਾ ਵੀ ਗਵਾ ਦਿੰਦੇ ਉਹ ਇੱਕ ਬੰਦਾ ਗਿਆ ਡਾਕਟਰ ਦੇ ਕੋਲ ਨਹੀਂ ਬਲਕਿ ਪੁਲਿਸ ਕੋਲ ਗਿਆ ਰਿਪੋਰਟ ਦਰਜ ਕਰਾਉਣੀ ਉਸਦਾ ਸਿਰ ਫਟਾਇਆ ਖੂਨ ਵਗਦਾ ਪਿਆ ਅਤੇ ਪੁਲਿਸ ਨੇ ਕਿਹਾ ਕੀ ਹੋਇਆ ਕਹਿੰਦਾ ਜੀ ਮੈਨੂੰ ਮੇਰੀ ਬੀਵੀ ਨੇ ਮਾਰਾ ਮੇਰਾ ਸਿਰ ਫਟ ਗਿਆ ਉਸਨੇ ਕਿਹਾ ਕਿਉਂ ਮਾਰਾ ਇਹ ਵੀ ਤਾਂ ਬਤਾਉਣਾ ਕਹਿੰਦਾ ਜੀ ਮੇਰੇ ਸਸੁਰਾਲ ਵਾਲੇ ਆਏ ਅਤੇ ਮੇਰੀ ਬੀਵੀ ਨੇ ਮੈਨੂੰ ਕਿਹਾ ਫੌਰਨ ਬਾਜ਼ਾਰ ਜਾ ਅਤੇ ਕੁਛ ਲੈ ਕੇ ਆ ਅਤੇ ਮੈਂ ਗਿਆ ਜੀ ਮੈਂ ਟੈਕਸੀ ਲੈ ਆਇਆ ਜਰਜਨ ਸਾਹਿਬ ਨੇ ਵੀ ਅਚਾਨਕ ਕਹਿ ਦਿੱਤਾ ਹੋ ਸਕਦਾ ਗਲਤੀ ਨਾਲ ਟੈਕਸੀ ਲੈ ਆਵਾਂ ਜੀ ਉਸਤਾਦ ਮਲਕ ਸ਼ੋਰਾ ਉਸਤਾਦ ਅਹਿਮਦ ਅਲੀ ਸਾਈਂ ਦਾ ਕਲਾਮ ਜਿਹੜਾ ਆਪਣੀ ਮਿਸਾਲ ਆਪ ਹੈ ਸੁਫਿਆਨਾ ਕਲਾਮ ਹੈ ਮੈਂ ਇਸ ਵਕਤ ਇੱਕ ਅਰਫੀ ਪੇਸ਼ ਕਰ ਦੇਣਾ ਵਾ ਮੈਂ ਮਾਲਿਕ ਤੂੰ ਹਾਲ ਸਭ ਜਾਣਨਾ ਮੈਂ ਜ਼ਬਾਨੇ ਨੇ ਕਹਿਣਾ ਪਸੰਦ ਕਰਨਾ ਮੈਂ ਮਾਲਿਕ ਤੂੰ ਹਾਲ ਸਭ ਜਾਣਨਾ ਮੈਂ ਜ਼ਬਾਨੇ ਨੇ ਕਹਿਣਾ ਪਸੰਦ ਕਰਨਾ ਤੇਰੇ ਮੁਲਕਰ ਦਾ ਆਪਣੀ ਜ਼ਬਾਨ ਸੀ ਮੈਂ ਕਦੀ ਨਾਮ ਨੀ ਲੈਣਾ ਪਸੰਦ ਕਰਨਾ ਮਜਲਸ ਨੇ ਬਹਿਣਾ ਪਸੰਦ ਕਰਨਾ ਜਿਸ ਹਾਲ ਚ ਤੂੰ ਰੱਖੇ ਸਾਇਆ ਉਸ ਹਾਲ ਚ ਰਹਿਣਾ ਪਸੰਦ ਕਰਨਾ ਜਿਸ ਹਾਲ ਚ ਤੂੰ ਰੱਖੇ ਸਾਇਆ ਉਸ ਹਾਲ ਚ ਰਹਿਣਾ ਪਸੰਦ ਕਰਨਾ ਹੈ ਖਾਲਿਕਾ ਤੇਰੀ ਜ਼ਮੀਨ ਉੱਤੇ ਰੰਗ ਰੰਗ ਦੀ ਖੁਦਾਈ ਦੇਖੀ ਦਿਲ ਬੁਖਲ ਬਖਿਲੀ ਨਲ ਪਰੇ ਦੇਖੇ ਸ਼ੀਸ਼ੇ ਵਾਂਗ ਕਈਆਂ ਦੀ ਸਫਾਈ ਦੇਖੀ ਪਰਛਾਇਆ ਦੀ ਦੱਸ ਕੇ ਕਿਧਰੇ ਗਈ ਦੇਖੀ ਕਿਧਰੇ ਆਈ ਦੇਖੀ ਤੇਰਾ ਲੁਤਫੋ ਪਰ ਹੱਕ ਤੇਰਾ ਲੁਤਫੋ ਕਰਮ ਬੇਹਿਸਾਬ ਸਾਇਆ ਸ਼ਾਨ ਸ਼ਾਨ ਕਿਬਰੀਆਈ ਦੇਖੀ ਤੇਰੀ ਤੇਰਾ ਲੁਤਫੋ ਕਰਮ ਬੇਹਿਸਾਬ ਸਾਇਆ ਤੇਰੀ ਸ਼ਾਨ ਸ਼ਾਨ ਕਿਬਰੀਆਈ ਦੇਖੀ ਬੰਦਿਆਂ ਨਾਲ ਜ਼ੀਨਤ ਜ਼ਮੀਨ ਦੀਏ ਚੰਦ ਮਜ਼ਾ ਕਰਦੇ ਸਮਾਨ ਉੱਤੇ ਰੋ
رونق بلند صحن گلزار دیے بلبل ناز کر جائے گلستان تے جڑا اپنی زبان دی کر خدمت روشن جہان ہوتے ان کو ادب دا میں شاعر ہے ماں من فخر اپنی زبان ہوتے من فخر اپنی زبان ہوتے